ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵੈਲਕਮ ਟੂ ਚੇਤਨ ਭਾਰਤ ਲਰਨਿੰਗ ਵੈਲ ਅਪਾ ਕੰਟੀਨਿਊ ਕਰਦੇ ਆਪਣਾ ਜਿਹੜਾ ਸੈਸ਼ਨ ਚੱਲ ਰਿਹਾ ਐ ਐਮਸੀਕਿਊਜ਼ ਫਾਰ ਈਟੀਆਈ ਐਗਜ਼ਾਮੀਨੇਸ਼ਨ ਠੀਕ ਹੈ ਤੁਸੀਂ ਜਾਣਦੇ ਹੋ ਆਪਣੀ ਸੀਰੀਜ਼ ਚੱਲ ਰਹੀ ਐ ਪੰਜ ਕੁਐਸਚਨ ਅਸੀਂ ਟੈਕਸੇਸ਼ਨ ਦੇ ਕਰਦੇ ਆ ਪੰਜ ਕੁਐਸਚਨ ਇੰਡਸਟਰੀ ਰਿਲੇਸ਼ਨਸ ਦੇ ਕਰਦੇ ਆ ਤੇ ਜਿਹੜੇ ਪੰਜ ਕੁਐਸਚਨ ਟੈਕਸੇਸ਼ਨ ਦੇ ਹੈਗੇ ਉਹ ਮੈਂ ਤੁਹਾਡੇ ਨਾਲ ਕਰਾਂਗਾ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਸੈਸ਼ਨ ਨੰਬਰ 8 ਠੀਕ ਹੈ ਤੇ ਕਿਹੜਾ ਟੌਪਿਕ ਅਸੀਂ ਕਵਰ ਕਰਾਂਗੇ ਥਰੂ 5 ਐਮਸੀਕਿਊਜ਼ ਉਹ ਦੇਖ ਲੈਂਦੇ ਆ ਜਾਣਦੇ ਤੁਸੀਂ ਇਹ ਕਰ ਚੁੱਕੇ ਆ ਏ ਸੀਗਾ ਟੌਪਿਕ ਨੰਬਰ 1 ਏ ਸੀਗਾ ਟੌਪਿਕ ਨੰਬਰ 2 인ਫਲੇਸ਼ਨ ਦਾ ਸੀਗਾ ਟੌਪਿਕ ਨੰਬਰ 3 ਮੋਨਿਟਰੀ ਪਾਲਿਸੀ ਦਾ ਟੌਪਿਕ ਨੰਬਰ 4 ਫਿਸਕਲ ਪਾਲਿਸੀ ਦਾ ਟੌਪਿਕ ਨੰਬਰ 5 ਸੀਗਾ 6 ਸੀਗਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ 7 ਸੀ ਦਾ ਬਜਟ ਤੇ 7th ਸੈਸ਼ਨ ਦੇ ਵਿੱਚ ਹੀ ਅਸੀਂ ਇਕਨੋਮੀ ਆਫ ਪੰਜਾਬ ਵੀ ਨਾਲ ਦੇ ਨਾਲ ਹੀ ਕਰ ਲਿਆ ਸੀ রাইਟ ਅਸੀਂ ਇਹ ਸੈਸ਼ਨ ਦੇ ਦੋ ਸੈਸ਼ਨਸ ਨੂੰ ਕੰਬਾਈਨ ਕਰ ਲਿਆ ਸੀ 5 एमसीक्यू ਅਸੀਂ ਬਜਟ ਦੇ ਕਰ ਚੁੱਕੇ ਹਾਂ 5 एमसीक्यू ਇਕਨੋਮੀ ਦੇ ਆਫ ਪੰਜਾਬ ਦੇ ਕਰ ਚੁੱਕੇ ਹਾਂ ਹੁਣ ਅੱਜ ਵਾਰੀ ਹੈ ਪੰਜਾਬ ਬਜਟ ਦੀ ਇਹ 8th ਸੈਸ਼ਨ ਹੋਵੇਗਾ ਸਾਡਾ ਠੀਕ ਹੈ ਤਾਂ ਬਿਨਾਂ ਕਿਸੇ ਦੇਰੀ ਦੇ ਬਿਕੋਜ਼ ਤੁਹਾਡਾ ਟਾਈਮ ਕੀਮਤੀ ਹੈ ਬਿਨਾਂ ਕਿਸੇ ਦੇਰੀ ਦੇ ਅਸੀਂ ਸਟਾਰਟ ਕਰਦੇ ਹਾਂ ਪੰਜਾਬ ਬਜਟ ਤੋਂ ਕਿਹੜੇ-ਕਿਹੜੇ ਪੋਸੀਬਲ ਐਮਸੀਕਿਊਜ਼ ਹੈਗੇ ਆ ਜਿਹੜੇ ਤੁਹਾਡੇ ਪੇਪਰ ਦੇ ਵਿੱਚ ਆ ਸਕਦੇ ਆ ਉਹਨਾਂ ਨੂੰ ਡਿਸਕਸ ਕਰਾਂਗੇ 올 ਰਾਈਟ ਚਲੋ ਪੰਜਾਬ ਬਜਟ ਕੁਐਸਚਨ ਨੰਬਰ 1 ਵਾਟ ਇਜ਼ ਦ ਟੋਟਲ ਆਊਟਲੇਅ ਆਫ ਪੰਜਾਬ ਬਜਟ 2021 ਕਿੰਨਾ ਖਰਚਾ ਕਰਨਾ ਕਿੰਨਾ ਟੋਟਲ ਆਊਟਲੇ ਹੈਗਾ ਕਿੰਨਾ ਟੋਟਲ ਬਜਟ ਬਜਟਡ ਐਕਸਪੈਂਡੀਚਰ ਹੈਗਾ ਪੰਜਾਬ ਸਰਕਾਰ ਦਾ ਇਨ ਦ ਕਮਿੰਗ ਫਾਈਨੈਂਸ਼ੀਅਲ ਇਅਰ ਕਮਿੰਗ ਫਾਈਨੈਂਸ਼ੀਅਲ ਇਅਰ ਦਾ ਮਤਲਬ ਕੀ ਹੈ 2021 22 ਦੇ ਵਿੱਚ ਠੀਕ ਹੈ ਕਿੰਨਾ ਕੋ ਐਸਟੀਮੇਟ ਬਣਾਇਆ ਹੈ ਟੋਟਲ ਬਜਟ ਦਾ ਕਿੰਨਾ ਐਸਟੀਮੇਟ ਹੈਗਾ ਪੰਜਾਬ ਸਰਕਾਰ ਦਾ ਇਹ ਵੀ ਟ੍ਰਿਵੀਆ ਬੇਸਡ ਕੁਐਸਚਨ ਹੈ ਤਾਂ ਇਹ ਚਾਰ ਆਪਸ਼ਨਸ ਦਿੱਤੇਆਂ ਹੋਈਆਂ ਨੇ 168000 ਕਰੋੜ 243000 ਕਰੋੜ 175000 ਕਰੋੜ 256000 ਕਰੋੜ ਵaile ਟ੍ਰਿਵੀਆ ਬੇਸਡ ਕੁਐਸਚਨ ਹੈ ਰੱਟੇ ਮਾਰਨ ਵਾਲਾ ਕੁਐਸਚਨ ਹੈ ਇਸੇ ਕਰਕੇ ਸਿੱਧਾ ਤੁਸੀਂ ਰੱਟਾ ਹੀ ਮਾਰਨਾ ਹੈ 1.68 ਲੱਖ ਕਰੋੜ ਦਾ ਟੋਟਲ ਆਊਟਲੇ ਹੈਗਾ ਪੰਜਾਬ ਸਰਕਾਰ ਦਾ ਟੋਟਲ ਪੰਜਾਬ ਦੀ ਬਜਟ ਪੰਜਾਬ ਦੇ ਬਜਟ ਦੀ ਕੁੱਲ ਲਾਗਤ ਹੈਗੀ ਹੈ 1.68 ਲੱਖ ਕਰੋੜ ਠੀਕ ਹੈ ਤਾਂ ਇਸ ਕੁਐਸਚਨ ਦਾ ਆਨਸਰ ਵੀ A ਹੈਗਾ ਨੈਕਸਟ ਕੁਐਸਚਨ ਨੰਬਰ 2 ਦਾ ਡੈਟ ਆਫ ਪੰਜਾਬ ਸਟੇਟ ਹੈਜ਼ ਰਿਜ਼ਨ ਟੂ ਪੰਜਾਬ ਸਰਕਾਰ ਜਾਂ ਪੰਜਾਬ ਦੇ ਉੱਤੇ ਟੋਟਲ ਕਰਜ਼ਾ ਕਿੰਨਾ ਕੁ ਪਹੁੰਚ ਚੁੱਕਿਆ ਕਿੰਨਾ ਪਹੁੰਚ ਚੁੱਕਿਆ ਠੀਕ ਹੈ ਕਿੰਨਾ ਹੋ ਚੁੱਕਿਆ ਵੈਸੇ ਤਾਂ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਦਾ ਨਾ ਜਿਹੜਾ ਪੰਜਾਬ ਸਰਕਾਰ ਤਾਂ ਨਹੀਂ ਓਵਰਆਲ ਪੂਰੇ ਪੰਜਾਬ ਸਟੇਟ ਦੇ ਉੱਤੇ ਕਰਜ਼ਾ ਵੱਧਦਾ ਜਾ ਰਿਹਾ ਠੀਕ ਹੈ ਇਨਕਰੀਜ਼ ਹੁੰਦਾ ਜਾ ਰਿਹਾ ਨਾਓ ਪੰਜਾਬ ਦਾ ਇਸ ਸਾਲ ਡੈਟ ਕਿੰਨਾ ਹੈ ਪੰਜਾਬ ਦੇ ਉੱਤੇ ਟੋਟਲ ਡੈਟ ਕਿੰਨਾ ਇਨਕਰੀਜ਼ ਤਾਂ ਹੁੰਦਾ ਜਾ ਰਿਹਾ ਪਰ ਇਨਕਰੀਜ਼ ਹੋ ਕੇ ਕਿੰਨਾ ਪਹੁੰਚ ਚੁੱਕਿਆ ਵੈਲ ਇਹ ਵੀ ਟ੍ਰਿਵੀਆ ਬੇਸ ਕੁਐਸਚਨ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਸਿੱਧਾ ਆਨਸਰ ਦੱਸ ਰਿਹਾ 273000 730 ਕਰੋੜ ਰੁਪਈਆ ਇਹਨਾਂ ਆਪਣੇ ਉੱਤੇ ਡੈਟ ਪਹੁੰਚ ਚੁੱਕਿਆ ਹੈ ਠੀਕ ਹੈ ਤਾਂ ਸੈਕਿੰਡ ਕੁਐਸਚਨ ਦਾ ਆਨਸਰ ਹੈਗਾ A ਇਹ ਤਾਂ ਟ੍ਰਿਵਿਆ ਬੇਸਡ ਕੁਐਸਚਨ ਸੀਗੇ ਇਹਦੇ ਵਿੱਚ ਐਕਸਪਲੇਨੇਸ਼ਨ ਹੈਗੀ ਨਹੀਂ ਹੈ ਬਸ ਤੁਸੀਂ ਯਾਦ ਰੱਖਣਾ ਹੈ ਇਹ ਵੀ ਯਾਦ ਰੱਖਣਾ ਪੰਜਾਬ ਬਜਟ ਤੋਂ ਸਵਾਲ ਪੁੱਛ ਸਕਦੇ ਟੋਟਲ ਕਿੰਨਾ ਆਊਟਲੇ ਸੀਗਾ ਦੂਜਾ ਕਿ ਟੋਟਲ ਡੈਟ ਕਿੰਨਾ ਪਹੁੰਚ ਚੁੱਕਿਆ ਪੰਜਾਬ ਸਟੇਟ ਦੇ ਉੱਤੇ ਐਸ ਕੈਲਕੂਲੇਟਿਡ ਬਾਈ ਦਾ ਬਜਟ ਠੀਕ ਹੈ 273000 ਕਰੋੜ ਨੈਕਸਟ ਕੁਐਸਚਨ ਨੰਬਰ 3 ਅੰਡਰ ਦ ਪੰਜਾਬ ਬਜਟ 2021 ਫਰੀडम फाइਟਰ ਪੈਨਸ਼ਨ ਸ਼ਲ ਬੀ ਇਨਕਰੀਜ਼ਡ ਫਰਮ 7500 ਟੂ ਵਿਚ ਨੰਬਰ ਨਾਓ ਇਸ ਸਾਲ ਬਜਟ ਦੇ ਵਿੱਚ ਦੱਸਿਆ ਹੈ ਪੰਜਾਬ ਸਰਕਾਰ ਨੇ ਕਿ ਆਲਰੇਡੀ ਨਾ ਫਰੀडम फाइਟਰ ਜਿਹੜੇ ਹੈਗੇ ਆ ਉਹਨਾਂ ਦੀ ਪੈਨਸ਼ਨ ਬੰਨੀ ਹੋਈ ਹੈ 7500 ਰੁਪੀਸ ਮੰਥਲੀ ਠੀਕ ਹੈ ਹੁਣ ਇਸ ਸਾਲ ਉਸ ਨੂੰ ਇਨਕਰੀਜ਼ ਕੀਤਾ ਜਾ ਰਿਹਾ ਹੈ ਨਾਓ ਇਨਕਰੀਜ਼ ਕਰਕੇ ਕਿੱਥੇ ਲੈ ਕੇ ਜਾ ਰਹੇ ਆ 1250 उज फाइव हंड्रेड नाइन एटी फाइव हंड इलेवन थाउजेंड फाइव हंड आंसर इज अर्यर लास्ट ईयर इट वॉज सेट इज नाइनटी फाइव हंड्रेड इस क्वेश्चन का आंसर है बी ठीक है चलो आगे चलते हैं क्वेश्चन नंबर फोर विच ऑफ़ द फॉलोइंग इज़ नॉट इंक्लूडेड इन द कैपिटल एक्सपेंडिचर ऑफ पंजाब गवर्नमेंट। नाउ ਤੁਸੀਂ ਜਾਣਦੇ ਹੋ ਨਾ ਆਪਾਂ ਕੈਪੀਟਲ ਐਕਸਪੈਂਡੀਚਰ ਨੂੰ ਡਿਸਕਸ ਕਰ ਚੁੱਕੇ ਹਾਂ ਮੈਂ ਦੱਸਿਆ ਸੀ ਕਿ ਜਿਹੜਾ ਟੋਟਲ ਐਕਸਪੈਂਡੀਚਰ ਹੁੰਦਾ ਕਿਸੇ ਵੀ ਬਜਟ ਦਾ ਉਹਨੂੰ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ ਅਸੀਂ ਰੈਵਨਿਊ ਐਕਸਪੈਂਡੀਚਰ ਹੁੰਦਾ ਤੇ ਦੂਜਾ ਕੈਪੀਟਲ ਐਕਸਪੈਂਡੀਚਰ ਹੁੰਦਾ ਰਾਈਟ ਨਾ ਆਪਾਂ ਪੰਜਾਬ ਦੀ ਗੱਲ ਕਰੀਏ ਅਸੀਂ ਬਿਹਾਰ ਦੀ ਗੱਲ ਕਰੀਏ ਯੂਪੀ ਦੀ ਗੱਲ ਕਰੀਏ ਹਰਿਆਣੇ ਦੀ ਗੱਲ ਕਰੀਏ ਜਾਂ ਪੂਰੇ ਕੇ ਪੂਰੇ ਹਿੰਦੁਸਤਾਨ ਦੀ ਗੱਲ ਕਰੀਏ ਰਾਈਟ ਜਿਹੜਾ ਵੀ ਐਕਸਪੈਂਡੀਚਰ ਹੁੰਦਾ ਹੈ ਜਿਹੜਾ ਵੀ ਬਜਟਡ ਐਕਸਪੈਂਡੀਚਰ ਹੁੰਦਾ ਉਹਨੂੰ ਅਸੀਂ ਦੋ ਭਾਗਾਂ ਦੇ ਵਿੱਚ ਵ ਠੀਕ ਹੈ ਨਾਓ ਕੈਪੀਟਲ ਐਕਸਪੈਂਡੀਚਰ ਦੇ ਵਿੱਚ ਕੀ ਕੀ ਇਨਕਲੂਡਡ ਹੁੰਦਾ ਹੈ ਇੱਕ ਤਾਂ ਹੁੰਦਾ ਹੈ ਕੈਪੀਟਲ ਐਕਸਪੈਂਡੀਚਰ ਦੇ ਵਿੱਚ ਆਪਣਾ ਕ੍ਰिएशन ਆਫ ਐਕਸਪੈਂਡੀਚਰ ਔਨ ਕ੍ਰिएशन ਆਫ ਕੈਪੀਟਲ ਐਸੈਟਸ ਜਿਸ ਤਰ੍ਹਾਂ ਤੁਸੀਂ ਰੋਡਸ ਬਣਾ ਰਹੇ ਹੋ ਬ੍ਰਿਜਸ ਬਣਾ ਰਹੇ ਹੋ ਸਕੂਲਸ ਬਣਾ ਰਹੇ ਹੋ ਹਸਪੀਟਲਸ ਬਣਾ ਰਹੇ ਹੋ ਰਾਈਟ ਇਹ ਜਿਹੜਾ ਖਰਚਾ ਹੈ ਕੈਪੀਟਲ ਐਸੈਟਸ ਜਿਹੜੇ ਐਸੈਟਸ ਡਿਊਰੇਬਲ ਐਸੈਟਸ ਬਣ ਰਹੇ ਹਨ ਉਹਨਾਂ ਦੇ ਉੱਤੇ ਜਿਹੜਾ ਖਰਚਾ ਹੁੰਦਾ ਉਹਨੂੰ ਅਸੀਂ ਕੈਪੀਟਲ ਐਕਸਪੈਂਡੀਚਰ ਦੇ ਵਿੱਚ ਹੀ ਰੱਖਦੇ ਹਾਂ ਦੂਜਾ ਹੁੰਦਾ ਜਦ ਗਵਰਨਮੈਂਟ ਲੋਨ ਪੇਬੈਕ ਕਰਦੀ ਹੈ রাইਟ ਤਾਂ ਲੋਨਸ ਪੇਡ ਬੈਕ ਪੰਜਾਬ ਸਰਕਾਰ ਨੇ ਸੈਂਟਰ ਤੋਂ ਲੋਨ ਲਿਆ ਹੋਇਆ ਉਹਨੂੰ ਪੇਬੈਕ ਕਰ ਰਹੀ ਹੈ ਜਦ ਉਸ ਨੂੰ ਵੀ ਕੈਪੀਟਲ ਐਕਸਪੈਂਡੀਚਰ ਦੇ ਵਿੱਚ ਰੱਖਦੇ ਤੇ ਪੰਜਾਬ ਸਰਕਾਰ ਅੱਗੇ ਕਿਸੇ ਨੂੰ ਲੋਨ ਦਿੰਦੀ ਹੈ ਉਸ ਨੂੰ ਵੀ ਕੈਪੀਟਲ ਐਕਸਪੈਂਡੀਚਰ ਦੇ ਵਿੱਚ ਹੀ ਰੱਖਿਆ ਜਾਂਦਾ ਜਦ ਪੰਜਾਬ ਸਰਕਾਰ ਦਿੰਦੀ ਹੈ ਇਹ ਤਿੰਨ ਭਾਗ ਹੁੰਦੇ ਆ ਤਿੰਨ ਪਾਰਟਸ ਹੁੰਦੇ ਆ ਆਪਣੇ ਕੈਪੀਟਲ ਐਕਸਪੈਂਡੀਚਰ ਦੇ রাইਟ ਨਾਉ ਇਸ ਕੁਐਸਚਨ ਦੇ ਵਿੱਚ ਵੀ ਅਸੀਂ ਜੇ ਦੇਖੀਏ ਤਾਂ ਪੰਜਾਬ ਦਾ ਇੱਥੇ ਜੇ ਪੰਜਾਬ ਨਾਲ ਲਿਖਿਆ ਹੁੰਦਾ ਬਿਹਾਰ ਯੂਪੀ ਕੇਰਲਾ ਕੁਝ ਵੀ ਲਿਖਿਆ ਹੁੰਦਾ ਇਹੀ ਆਨਸਰ ਬਣਨਾ ਸੀ ਜਿਹੜਾ ਮੈਂ ਹੁਣ ਦੱਸਣ ਜਾ ਰਿਹਾ ਕੈਪੀਟਲ ਐਕਸਪੈਂਡੀਚਰ ਦੇ ਵਿੱਚ ਕੀ ਕੀ ਕਿਹੜਾ ਪੋਰਸ਼ਨ ਨਾਟ ਇਨਕਲੂਡਡ ਹੈ ਦੇਖੋ ਐਕਸਪੈਂਡੀਚਰ ਵਿਲੀਡਸ ਟੂ ਕ੍ਰੀਏਸ਼ਨ ਆਫ ਐਸੈਟਸ ਹੈਗਾ ਇਹਦੇ ਵਿੱਚ ਡੈਟ ਰੀਪੇਮੈਂਟ ਬਿਲਕੁਲ ਲੋਨ ਪੇਡ ਬੈਕ ਹੋਗਾ ਗ੍ਰਾਂਟਸ ਆਫ ਲੋਨ ਬਾਈ ਦ ਸਟੇਟ ਗਵਰਨਮੈਂਟ ਇਹ ਵੀ ਕੈਪੀਟਲ ਐਕਸਪੈਂਡੀਚਰ ਹੈ हां ਜਿਹੜਾ ਲੋਨ ਪੰਜਾਬ ਸਰਕਾਰ ਨੇ ਪਹਿਲਾਂ ਲਿਆ ਹੋਇਆ ਹੈ ਸੈਂਟਰ ਤੋਂ ਲਿਆ ਹੋਇਆ ਭਾਵੇਂ ਪਤਾ ਨਹੀਂ ਵਰਲਡ ਬੈਂਕ ਤੋਂ ਲੈ ਲਿਆ ਹੋਵੇ ਠੀਕ ਹੈ ਪੰਜਾਬ ਸਰਕਾਰ ਨੇ ਜਿਹੜਾ ਲੋਨ ਲਿਆ ਹੋਇਆ ਉਹਦੇ ਉੱਤੇ ਰੈਗੂਲਰ ਐਵਰੀਅਰ ਇੰਟਰਸਟ ਪੇਮੈਂਟਸ ਜਾ ਰਹੀਆਂ ਨੇ ਉਹ ਇੰਟਰਸਟ ਪੇਮੈਂਟਸ ਨੂੰ ਅਸੀਂ ਰੈਵਨਿਊ ਐਕਸਪੈਂਡੀਚਰ ਦੇ ਵਿੱਚ ਰੱਖਦੇ ਹਾਂ ਹਾਂ ਜਦ ਪੂਰਾ ਦਾ ਪੂਰਾ ਲੋਨ ਦਾ ਅਮਾਉਂਟ ਵਾਪਸ ਚਲੇ ਜਾਂਦਾ ਹੈ ਨਾ ਉਹ ਕੈਪੀਟਲ ਐਕਸਪੈਂਡੀਚਰ ਹੁੰਦਾ ਹੈ ਠੀਕ ਹੈ ਲੋਨ ਪੇਡ ਬੈਕ ਬਟ ਬਟ ਉਸ ਲੋਨ ਤੇ ਜਦ ਇੰਟਰਸਟ ਪੇਮੈਂਟਸ ਜਾ ਰਹੀਆਂ ਹੁੰਦੀਆਂ ਨੇ ਔਰ ਇੰਟਰਸਟ ਪੇਮੈਂਟਸ ਅਸੀਂ ਰੈਵਨਿਊ ਐਕਸਪੈਂਡੀਚਰ ਦੇ ਵਿੱਚ ਰੱਖਦੇ ਆ ਤਾਂ ਇਸ ਕੁਐਸਚਨ ਦੇ ਵਿੱਚ ਪੁੱਛਿਆ ਨਾਟ ਇਨਕਲੂਡਿਡ This is not included ਇਸ ਕੁਐਸਚਨ ਦਾ ਆਨਸਰ ਹੈਗਾ ਡੀ ਬਾਕੀ ਇਹ ਜਿਹੜਾ ਕੈਪੀਟਲ ਐਕਸਪੈਂਡੀਚਰ ਹੈ ਇਸ ਨੂੰ ਤੁਸੀਂ ਜਾਣਦੇ ਹੋ ਆਪਾਂ ਲਾਸਟ ਕਲਾਸ ਦੇ ਵਿੱਚ ਵੀ ਡਿਸਕਸ ਕੀਤਾ ਸੀ ਇਸ ਨੂੰ ਅਸੀਂ ਕੇਪੈਕਸ ਵੀ ਕਹਿ ਦਿੰਦੇ ਆ ਠੀਕ ਹੈ केपक्स ਦੇ ਉੱਤੇ ਇਸ ਸਾਲ ਇੱਕ ਹੋਰ ਕੁਐਸਚਨ ਬਣ ਸਕਦਾ ਹੈ ਪੰਜਾਬ ਬਜਟ ਦੇ ਹਿਸਾਬ ਨਾਲ ਤੁਹਾਡੇ ਤੋਂ ਪੁੱਛ ਸਕਦੇ ਆ ਕਿ ਇਸ ਸਾਲ ਕਿੰਨਾ ਕੇਪੈਕਸ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਟੋਟਲ ਕਿੰਨਾ ਕੇਪੈਕਸ ਕੈਪੀਟਲ ਐਕਸਪੈਂਡੀਚਰ ਹੋਣ ਵਾਲਾ ਹੈ ਠੀਕ ਹੈ ਪੰਜਾਬ ਸਰਕਾਰ ਨੇ ਆਪਣੇ ਬਜਟ ਦੇ ਵਿੱਚ ਕਿੰਨਾ ਕੋ ਐਸਟੀਮੇਟ ਲਾਇਆ ਹੈ ਕਿ ਆਪਣਾ ਇਸ ਸਾਲ ਆਉਣ ਵਾਲੇ ਸਾਲ ਦੇ ਵਿੱਚ ਇੰਨਾ ਕੋ ਕੈਪੀਟਲ ਐਕਸਪੈਂਡੀਚਰ ਹੋ ਜਾਏਗਾ ਤਾਂ ਟੋਟਲ ਕੈਪੀਟਲ ਐਕਸਪੈਂਡੀਚਰ ਦੈਟ ਇਜ਼ ਪ੍ਰੋਜੈਕਟਡ ਬਾਈ ਪੰਜਾਬ ਸਰਕਾਰ ਇਜ਼ ਇਹ ਯਾਦ ਰੱਖਣਾ ਤੁਸੀਂ ਇਹ ਵੀ ਪੁੱਛ ਸਕਦੇ ਇੱਕ ਹੋਰ ਇਹ ਰੱਟੇ ਮਾਰਨ ਵਾਲਾ ਫੈਕਟ ਹੈ ਪੰਜਾਬ ਸਰਕਾਰ ਦਾ ਬਜਟਡਡ ਕੈਪੀਟਲ ਐਕਸਪੈਂਡੀਚਰ ਹੈਗਾ 64 64000 ਕਰੋੜ 64000 135 ਕਰੋੜ ਠੀਕ ਹੈ ਇਹ ਵੀ ਐਕਸਟਰਾ ਫੈਕਟ ਮੈਂ ਤੁਹਾਨੂੰ ਦੱਸ ਰਿਹਾ ਇਹ ਯਾਦ ਰੱਖਣਾ ਕੈਪੀਟਲ ਐਕਸਪੈਂਡੀਚਰ ਤੋਂ ਹੀ ਰਿਲੇਟਡ ਹੈ ਪੰਜਾਬ ਸਰਕਾਰ ਦੇ ਕਲੀਅਰ ਤੇ 5th ਕੁਐਸਚਨ ਹੈਗਾ The government of Punjab has proposed to implement 6th Punjab pay commission from July 2021. ਇਹ ਬਜਟ ਦੇ ਵਿੱਚ ਹੀ ਘੋਸ਼ਣਾ ਕੀਤੀ ਸੀ। ਬਜਟ ਦੇ ਵਿੱਚ ਹੀ ਅਨਾਉਂਸਮੈਂਟ ਕੀਤੀ ਸੀ ਪੰਜਾਬ ਸਰਕਾਰ ਨੇ ਕਿ ਇਸ ਸਾਲ ਜੁਲਾਈ ਦੇ ਵਿੱਚ ਅਸੀਂ 6th pay commission ਪੰਜਾਬ ਦੇ ਵਿੱਚ ਲਾਗੂ ਕਰਨ ਜਾ ਰਹੇ ਹਾਂ। ਨਾ ਪੰਜਾਬ ਦੇ ਵਿੱਚ ਜਿਹੜਾ 6th pay commission ਲਾਗੂ ਹੋਣ ਵਾਲਾ ਹੈ ਉਹ 6th pay commission ਹੈਗਾ ਕਿ ਇਹ ਜਿਹੜੇ ਪੰਜਾਬ ਸਰਕਾਰ ਦੇ এমਪਲੋਇਜ਼ ਹੈਗੇ ਆ ਉਹਨਾਂ ਦੀ ਤਨਖਾਹ ਵਧਣਗੀਆਂ। ਰਾਈਟ ਤਨਖਾਹ ਵਧਣੀ ਹੈ ਨਾਓ ਤਨਖਾਹ ਜੇ ਵਧਣਗੀਆਂ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ এমপ্লয়ੀਜ਼ ਦੀ ਜੇ ਤਨਖਾਹ ਵਧਣਗੀਆਂ ਤਾਂ ਪੰਜਾਬ ਸਰਕਾਰ ਦਾ ਖਰਚਾ ਵੀ ਵਧੇਗਾ ਵਧੇਗਾ ਰਾਈਟ ਤੁਸੀਂ ਜਾਣਦੇ ਹੋ ਕਿ ਸੈਲਰੀਜ਼ ਤੇ ਜਿਹੜਾ ਐਕਸਪੈਂਡਚਰ ਹੁੰਦਾ ਸੈਲਰੀਜ਼ ਐਂਡ ਪੈਨਸ਼ਨ ਜਿਹੜਾ ਖਰਚਾ ਹੁੰਦਾ ਪੰਜਾਬ ਸਰਕਾਰ ਦਾ ਉਹ ਅਸੀਂ ਪੰਜਾਬ ਸਰਕਾਰ ਦੇ ਰੈਵਨਿਊ ਐਕਸਪੈਂਡੀਚਰ ਦੇ ਵਿੱਚ ਦੀ ਕੈਟਾਗਰੀ ਦੇ ਵਿੱਚ ਰੱਖ ਦਿਆ ਉਹਨਾਂ ਨੂੰ ਉਸ ਨੂੰ ਠੀਕ ਹੈ ਨਾ ਇਹ ਵੀ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਕਿਹੜਾ ਰੈਵਨਿਊ ਐਕਸਪੈਂਡੀਚਰ ਹੈ ਕਿਹੜਾ ਕੈਪੀਟਲ ਐਕਸਪੈਂਡੀਚਰ ਹੈ ਜਿਹੜਾ ਪੰਜਾਬ ਸਰਕਾਰ ਦਾ ਸੈਲਰੀਜ਼ ਤੇ ਪੈਨਸ਼ਨ ਉੱਤੇ ਖਰਚਾ ਹੁੰਦਾ ਉਹ ਰੈਵਨਿਊ ਐਕਸਪੈਂਡੀਚਰ ਹੁੰਦਾ ਨਾਉ ਬਿਕੋਜ਼ 6th ਪੇ ਕਮਿਸ਼ਨ ਲਾਗੂ ਹੋਣ ਜਾ ਰਿਹਾ ਪੰਜਾਬ ਸਰਕਾਰ ਦਾ ਖਰਚਾ ਵਧਣ ਵਾਲਾ ਹੈ ਨਾਉ ਪੰਜਾਬ ਸਰਕਾਰ ਨੇ ਕੁਝ ਅਮਾਉਂਟ ਨਾ ਅਲੋਕੇਟ ਅਲੋਕੇਟ ਕੀਤੀ ਹੈ ਫਾਰ ਇੰਪਲੀਮੈਂਟੇਸ਼ਨ ਆਫ 6th ਪੇ ਕਮਿਸ਼ਨ ਉਹ ਅਮਾਉਂਟ ਕਿੰਨੀ ਹੈ ਕਿੰਨੀ ਕੁ ਅਮਾਉਂਟ ਪੰਜਾਬ ਸਰਕਾਰ ਖਰਚ ਕਰਨ ਵਾਲੀ ਹੈ ਫਾਰ ਇੰਪਲੀਮੈਂਟਿੰਗ 6ਥ ਪੇ ਕਮਿਸ਼ਨ ਇਹ ਪੁੱਛਿਆ ਜਾ ਰਿਹਾ ਹੈ ਠੀਕ ਹੈ ਸੋ ਆਪਸ਼ਨਸ ਕਿਹੜੀਆਂ ਹੈਗੀਆਂ 4000 4 ਕਰੋੜ 9000 ਕਰੋੜ 6500 ਕਰੋੜ 4500 ਕਰੋੜ ਨਾ ਮੈਂ ਤੁਹਾਨੂੰ ਦੱਸ ਦਿੰਨਾ ਪਿਛਲੇ ਸਾਲ ਪਿਛਲੇ ਸਾਲ ਪੰਜਾਬ ਸਰਕਾਰ ਨੇ ਬਜਟ ਅਲੋਕੇਟ ਕੀਤਾ ਸੀ 4000 4 ਕਰੋੜ ਦਾ ਫਾਰ ਇੰਪਲੀਮੈਂਟਿੰਗ 6ਥ ਪੇ ਕਮਿਸ਼ਨ ਪਰ ਪਿਛਲੇ ਸਾਲ ਨਾ ਕੋਰੋਨਾ ਆ ਗਿਆ ਕੋਰੋਨਾ ਕਰਕੇ 6ਥ ਪੇ ਕਮਿਸ਼ਨ ਲਾਗੂ ਹੀ ਨਹੀਂ ਹੋਇਆ ਪਿਛਲੇ ਸਾਲ ਤਾਂ ਪੰਜਾਬ ਸਰਕਾਰ ਨੇ ਕੋਸ਼ਿਸ਼ ਪੰਜਾਬ ਸਰਕਾਰ ਦੀ ਪਿਛਲੇ ਸਾਲ ਦੀ ਸੀਗੀ ਕਿ ਪਿਛਲੇ ਸਾਲ ਅਸੀਂ 6ਪੈ ਕਮਿਸ਼ਨ ਲਾਗੂ ਕਰਾਂਗੇ ਫਿਰ ਠੀਕ ਹੋ ਜਾਏਗਾ ਤੇ ਜਦ ਅਸੀਂ ਲਾਗੂ ਕਰਾਂਗੇ ਉਸ ਵੇਲੇ ਕੋਰੋਨਾ ਆਇਆ ਨਹੀਂ ਸੀ ਫੈਬ ਦੇ ਵਿੱਚ ਮਾਰਚ ਦੇ ਵਿੱਚ ਬਜਟ ਪੇਸ਼ ਹੋਇਆ ਸੀ ਪਿਛਲੇ ਸਾਲ ਕਿ ਅਸੀਂ ਲਾਗੂ ਕਰਾਂਗੇ ਤੇ ਲਾਗੂ ਕਰਨ ਦੇ ਲਈ ਸਾਨੂੰ 4000 ਕਰੋੜ ਅਮਾਉਂਟ ਚਾਹੀਦੀ ਹੈ ਉਹ ਪੰਜਾਬ ਸਰਕਾਰ ਨੇ ਸਾਈਡ ਤੇ ਰੱਖਤੀ ਅਲੋਕੇਟ ਕਰਤੀ राइट बट कोरोना आ गया पंजाब सरकार कैश ट्रैप्ड होगी पैसा ही नहीं बचेया पंजाब सरकार ਦੇ ਕੋਲ ਐਸੇ ਕਰਕੇ ਉਹਨਾਂ ਨੇ ਇਹ ਜਿਹੜਾ ਆਪਣਾ 6th ਪੇ ਕਮਿਸ਼ਨ ਲਾਗੂ ਕਰਨ ਵਾਲੀ ਜਿਹੜੀ ਅਨਾਉਂਸਮੈਂਟ ਸੀਗੀ ਉਹਨੂੰ ਪੋਸਟਪੋਨ ਕਰਤਾ ਤੇ ਪੋਸਟਪੋਨ ਕਰਕੇ ਉਹ ਲੈ ਕੇ ਆ ਗਏ ਉਸਨੂੰ ਜੁਲਾਈ 2021 ਦੇ ਵਿੱਚ ਬਟ ਜੁਲਾਈ 2021 ਦੇ ਵਿੱਚ ਪੰਜਾਬ ਸਰਕਾਰ ਨੇ ਡਿਸਾਈਡ ਕਰਿਆ ਪੰਜਾਬ ਸਰਕਾਰ ਨੇ ਡਿਸਾਈਡ ਕੀਤਾ ਕਿ ਇਹਨਾਂ ਅਮਾਉਂਟ ਇਨਫ ਨਹੀਂ ਹੈਗਾ ਸਾਨੂੰ ਜ਼ਿਆਦਾ अमाउंट ਅਲੋਕੇਟ ਕਰਨਾ ਪਏਗਾ ਤਾਂ ਇਸੇ ਕਰਕੇ ਇਸ ਸਾਲ ਦਾ ਜਿਹੜਾ ਬਜਟ ਸੀਗਾ ਉਹਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ 9000 ਕਰੋੜ ਅਲੋਕੇਟ ਕਰਾਂਗੇ ਰਾਈਟ ਤਾਂ ਇਸੇ ਕਰਕੇ ਅਕੋਰਡਿੰਗ ਟੂ ਬਜਟ ਆਫ 2021 ਹਾਊ ਮਚ ਅਮਾਉਂਟ ਇਸ ਬੀਇੰਗ ਅਲੋਕੇਟਿਡ ਫਾਰ 6th ਪੇ ਕਮਿਸ਼ਨ ਇੰਪਲੀਮੈਂਟੇਸ਼ਨ 9000 ਕਰੋੜ ਤਾਂ ਇਸ ਕੁਐਸਚਨ ਦਾ ਆਨਸਰ ਹੈਗਾ ਬੀ ਠੀਕ ਹੈ ਇਹ ਅਮਾਉਂਟ ਅਲੋਕੇਟ ਕੀਤੀ ਗਈ ਹੈ ਕਲੀਅਰ ਠੀਕ ਹੈ ਤੇ ਇਸੇ ਨਾਲ ਇਸੇ ਦੇ ਨਾਲ ਆਪਣੇ 5 एमसीक्यूਸ ਖਤਮ ਹੁੰਦੇ ਆ ਟੈਕਸੇਸ਼ਨ ਦੇ ਠੀਕ ਹੈ ਆਈ ਹੋਪ ਦੇ ਐਡਿਡ ਸਮ ਵੈਲਿਊ ਟੂ ਯੋਰ ਪ੍ਰੇਪਰੇਸ਼ਨ ਤੇ ਬਾਕੀ ਵੀ ਅਸੀਂ ਛੇਤੀ ਕਵਰ ਕਰ ਦਾਂਗੇ ਕਲੀਅਰ ਕੁਝ ਕੁਝ ਕਲਾਸਾਂ ਦੇ ਵਿੱਚ ਅਸੀਂ ਦੋ ਦੋ ਸੈਸ਼ਨਸ ਜਿਹੜੇ ਹੈਗੇ ਆ ਫੋਰ ਇਗਜ਼ਾਮਪਲ ਅਸੀਂ ਕਿੱਥੇ ਪਹੁੰਚ ਚੁੱਕੇ ਹਾਂ ਅਸੀਂ ਪਹੁੰਚ ਚੁੱਕੇ ਹਾਂ ਪੰਜਾਬ ਬਜਟ ठीक है उदो तो बाद अं यह भी कर सकते हैं कि टुमोरो यू विल फाइंड प्लानिंग एंड नीति आयोग प्लस टैक्सेशन रूल्स के कट्ठे एमसीक्यूज अभी दस एम सीज़ कवर करा फिर कस्टम्स एक्साइज के क्ठे कर लेंगे राइट ये छेती छेती मुका देंगे बिकॉज थोड़ा पेपर बिल्कुल ही ने चलो फिर थैंक यू सो मच गाइज आई होप यू लाइक टूडेज लैक्चर आई होप यू लाइक आर सबसिकुंट लैक्चर एज वैल थैंक यू